ਲਗਭਗ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਠੰਡ ਨੇ ਸਾਰਿਆਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਤੇ ਜੇ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਕੋਹਰਾ ਆ ਧੁੰਦ ਆ ਉਹ ਆਪਣੇ ਪੈਰ ਪਸਾਰੀ ਬੈਠਾ ਹੈ। ਪਰ ਜੇ ਗੱਲ ਪਠਾਨਕੋਟ ਦੀ ਕਰੀਏ ਤੇ ਪਿਛਲੇ ਕੱਲ ਤੋਂ ਥੋੜੀ ਜਿਹੀ ਰਾਹਤ ਪਠਾਨਕੋਟ ਦੇ ਲੋਕਾਂ ਨੂੰ ਮਿਲ ਰਹੀ ਹੈ ਕਿਉਂਕਿ ਕੱਲ ਵੀ 2 ਤੋਂ 3 ਘੰਟੇ ਪਠਾਨਕੋਟ ਦੇ ਵਿੱਚ ਧੁੱਪ ਨਿਕਲੀ ਤੇ ਅੱਜ ਵੀ ਸਵੇਰ ਜਿਹੜੀ ਹੈ ਉਹ ਧੁੱਪ ਦੇ ਨਾਲ ਹੀ ਸ਼ੁਰੂ ਹੋਈ ਹੈ। ਜਦਕਿ ਪਠਾਨਕੋਟ ਦੇ ਲਾਗੇ ਛਾਗੇ ਦੇ ਜਿਹੜੇ ਏਰੀਆਜ ਨੇ ਜਾਂ ਪੇਂਡੂ ਏਰੀਆਜ ਨੇ ਉੱਥੇ ਜ਼ਰੂਰ ਕਿਤੇ ਨਾ ਕਿਤੇ ਧੁੰਦ ਪਈ ਹੋਈ ਹੈ, ਪਰ ਜੇ ਫਿਲਹਾਲ ਪਠਾਨਕੋਟ ਦੀ ਗੱਲ ਕਰੀਏ ਤੇ ਇੱਥੇ ਧੁੱਪ ਜਿਹੜੀ ਹੈ ਉਹ ਨਿਕਲੀ ਹੋਈ ਹੈ। ਕੱਲ ਵੀ ਪਿਛਲੇ ਦਿਨ 2-3 ਘੰਟੇ ਧੁੱਪ ਰਹੀ ਹੈ ਔਰ ਹੁਣ ਵੀ ਧੁੱਪ ਨਿਕਲੀ ਹੈ। ਤੁਹਾਨੂੰ ਦੱਸ ਦਈਏ ਕਿ ਸੜਕਾਂ ਦੇ ਉੱਤੇ ਜਿਹੜੇ ਵਾਹਨ ਹੈ ਉਹ ਉਹਨਾਂ ਦੀ ਰਫ਼ਤਾਰ ਜਿਹੜੀ ਹੈ ਵੱਧ ਗਈ ਹੈ, ਗਿਣਤੀ ਵੱਧ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ 4-5 ਦਿਨਾਂ ਤੋਂ ਲਗਾਤਾਰ ਧੁੰਦ ਪੈ ਰਹੀ ਸੀ ਔਰ ਲੋਕ ਜਿਹੜੇ ਆ ਉਹ ਠੰਡ ਦੀ ਲਪੇਟ ਦੇ ਵਿੱਚ ਸੀਗੇ, ਪਰ ਇਸ ਵੇਲੇ ਦੀ ਜੇ ਗੱਲ ਕਰੀਏ ਤੇ ਪਠਾਨਕੋਟ ਦੇ ਵਿੱਚ ਧੁੱਪ ਜਿਹੜੀ ਹੈ ਉਹ ਨਿਕਲੀ ਹੋਈ ਹੈ। ਪਰ ਇਸ ਗੱਲ ਦਾ ਅੰਦੇਸ਼ਾ ਵੀ ਹੈਗਾ ਕਿ ਜਲਦ ਸ਼ਾਇਦ ਦੁਬਾਰਾ ਧੁੰਦ ਪੈ ਜਾਵੇ ਕਿਉਂਕਿ ਮੌਸਮ ਜਿਹੜਾ ਆ ਉਹ ਹਰ ਅੱਧੇ ਘੰਟੇ 1 ਘੰਟੇ ਬਾਅਦ ਜਿਹੜਾ ਆ ਆਪਣਾ ਮਿਜਾਜ਼ ਜਿਹੜਾ ਉਹ ਬਦਲ ਰਿਹਾ ਹੈ। ਕਦੀ ਇੱਕਦਮ ਕੋਹਰਾ ਛਾ ਜਾਂਦਾ, ਧੁੰਦ ਛਾ ਜਾਂਦੀ ਹੈ ਤੇ ਕਦੀ ਬਿਲਕੁਲ ਧੁੱਪ ਜਿਹੜੀ ਆ ਉਹ ਚੜ੍ਹ ਜਾਂਦੀ ਹੈ। ਪਰ ਬਾਕੀ ਪੰਜਾਬ ਦੇ ਹਿਸਾਬ ਨਾਲ ਜੇ ਪਠਾਨਕੋਟ ਦੀ ਗੱਲ ਕਰੀਏ ਤੇ ਕਰੀਬ ਕਰੀਬ ਜਿਹੜੀ ਆ ਉਹ ਰਾਹਤ ਹੈ, ਲੋਕਾਂ ਨੂੰ ਜਿਹੜਾ ਆ ਸੁੱਖ ਦਾ ਸਾਹ ਆ। ਕਿਤੇ ਨਾ ਕਿਤੇ ਲੋਕ ਜਿਹੜੇ ਆ ਧੁੱਪ ਦਾ ਆਨੰਦ ਲੈਣ ਲਈ ਆਪਣੇ ਆਪਣੀਆਂ ਛੱਤਾਂ ਤੇ ਆ ਗਏ ਨੇ। ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਸਕਦੇ ਹਾਂ ਕਿ ਲੋਕ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਛੱਤਾਂ ਉੱਤੇ ਚੜ੍ਹੇ ਹੋਏ ਨੇ ਧੁੱਪ ਦਾ ਜਿਹੜਾ ਆ ਉਹ ਆਨੰਦ ਮਾਣਨ ਦੇ ਲਈ। ਤੇ ਪਠਾਨਕੋਟ ਦੇ ਲਈ ਫਿਲਹਾਲ ਜਿਹੜੀ ਆ ਉਹ ਅੱਛੀ ਖਬਰ ਇਹ ਹੈ ਕਿ ਧੁੱਪ ਜਿਹੜੀ ਹੈ ਉਹ ਨਿਕਲ ਰਹੀ ਹੈ। ਪਿਛਲੇ ਦਿਨ ਵੀ 2-3 ਘੰਟੇ ਧੁੱਪ ਨਿਕਲੀ ਹੈ ਤੇ ਹੁਣ ਵੀ ਜਿਹੜੀ ਅੱਜ ਦੀ ਜਿਹੜੀ ਸਵੇਰ ਹੈ ਉਹ ਵੀ ਧੁੱਪ ਦੇ ਨਾਲ ਹੀ ਸ਼ੁਰੂ ਹੋਈ ਹੈ। ਤੇ ਆਸੇ ਪਾਸੇ ਦੇ ਇਲਾਕਿਆਂ ਦੀ ਗੱਲ ਕਰੀਏ ਤੇ ਜ਼ਰੂਰ ਉੱਥੇ ਧੁੰਦ ਹੈਗੀ ਹੈ। ਤੇ ਜੇ ਗੱਲ ਪਠਾਨਕੋਟ ਦੀ ਕਰੀਏ ਤੇ ਇੱਥੇ ਵੀ ਕੋਈ ਸ਼ੋਰ ਨਹੀਂ ਹੈ ਕਿ ਪੂਰਾ ਦਿਨ ਧੁੱਪ ਰਹੇਗੀ, ਪਰ ਫਿਲਹਾਲ ਪਠਾਨਕੋਟ ਦੇ ਵਿੱਚ ਧੁੱਪ ਹੈਗੀ ਹੈ। ਕੈਮਰਾਮੈਨ ਯੋਗੇਸ਼ ਦੇ ਨਾਲ ਸੰਜੀਵ ਮੰਗੋਤਾ, ਦੈਨਿਕ ਸਵੇਰਾ ਟੀਵੀ, ਪਠਾਨਕੋਟ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।